ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ। 10 ਵਜੇ ਦਾ ਸ਼ਹਿਰ ਲੈ ਕੇ ਮੈਂ ਅਰਸ਼ਦੀਪ ਕੌਰ ਹਾਜ਼ਰ ਹਾਂ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। SYL ਤੇ ਕਾਂਗਰਸ ਆਉਂਦਾ ਸੀ ਕੰਮ ਰੋਕੂ ਮਤਾ ਲੈ ਕੇ ਆਵੇਗੀ, ਉਧਰ ਕੈਪਟਨ ਨੇ SYL ਤੇ ਕੇਜਰੀਵਾਲ ਨੂੰ ਸਟੈਂਡ ਸਪਸ਼ਟ ਕਰਨ ਨੂੰ ਕਿਹਾ ਹੈ। ਆਮ ਆਦਮੀ ਪਾਰਟੀ ਨੇ ਵੀ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਇਸ ਪੂਰੇ ਮੁੱਦੇ ਤੇ ਰਣਨੀਤੀ ਬਣਾਉਣ ਦੇ ਵਿੱਚ ਜੁਟਿਆ ਹੋਇਆ ਹੈ। ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੈ ਅਤੇ ਕਈ ਮੁੱਦੇ ਜੋ ਨੇ ਇਸ ਸੈਸ਼ਨ ਦੇ ਦੌਰਾਨ ਗਰਮਾ ਸਕਦੇ ਨੇ। SYL ਦਾ ਮੁੱਦਾ ਹੈ ਅਤੇ ਹੋਰ ਵੀ ਕਈ ਮੁੱਦੇ ਨੇ ਇਸ ਸੈਸ਼ਨ ਨੂੰ ਗਰਮਾ ਸਕਦੇ ਨੇ। ਜਗਤਾਰ ਪੁਲਿਸ ਈ ਮੀਡੀਆ ਪੱਤਰਕਾਰ ਸਾਨਾ ਫੋਨ ਤੇ ਜੁੜ ਚੁੱਕੇ ਨੇ। ਜੀ ਜਗਤਾਰ, ਅੱਜ ਦਾ ਦਿਨ ਕੀ ਕੁਝ ਖਾਸ ਰਹੇਗਾ? ਵਿਰੋਧੀ ਧਿਰ ਕਿੰਨੀ ਕੁ ਤਿਆਰੀ ਦੇ ਨਾਲ ਆਏ ਤੇ ਕਿਹੜੇ ਮੁੱਦੇ ਖਾਸ ਰਹਿ ਸਕਦੇ ਨੇ ਇਸ ਇਜਲਾਸ ਦੇ ਦੌਰਾਨ? ਅਰਸ਼ਦੀਪ, ਜਿਸ ਤਰ੍ਹਾਂ ਉਮੀਦ ਸੀ ਕਿ ਇਸ ਵਾਰੀ ਦਾ ਬਜਟ ਸੈਸ਼ਨ ਕਾਫੀ ਹੰਗਾਮੇਪੂਰਨ ਰਹਿਣ ਵਾਲਾ, ਉਸੇ ਤਹਿ ਚੱਲਦੇ ਕਾਂਗਰਸ ਪਾਰਟੀ ਨੇ ਜ਼ਬਰਦਸਤ ਹੰਗਾਮਾ ਕੀਤਾ। ਸਭ ਤੋਂ ਪਹਿਲਾਂ ਉਹਨੇ ਕਾਲੀਆਂ ਝੰਡੀਆਂ ਨਾਲ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਦੇ ਪਰਿਸਰ ਤੱਕ ਰੋਸ ਮਾਰਚ ਕੀਤਾ, ਜਿਸ ਤੋਂ ਬੈਠ ਕੇ ਨਾਅਰੇਬਾਜ਼ੀ ਕੀਤੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਕਹਿ ਸਕਦੇ ਕਿ ਕਾਫੀ ਜਵਾਬ ਕਰਮੀ ਇੱਕ ਦੂਜੇ ਨੂੰ ਗੱਲਾਂ ਸੁਣਾਈਆਂ ਗਈਆਂ ਕਿ ਕਿਵੇਂ ਪੰਜਾਬ ਦਾ ਜਿਹੜਾ ਪਾਣੀ ਆ ਉਹ ਲੁੱਟਿਆ ਜਾ ਰਿਹਾ ਹੈ, ਜਿਹਦੇ ਸਰਕਾਰ ਖੁਸ਼ੀ ਆ। ਉਸ ਤੋਂ ਬਾਅਦ ਕਹਿ ਸਕਦੇ ਕਿ ਪੰਜਾਬ ਦੇ ਰਾਜਪਾਲ ਵੱਲੋਂ ਜਿਹੜਾ ਬਜਟ ਸੈਸ਼ਨ ਦੀ ਸ਼ੁਰੂਆਤ ਕਰਨੀ ਸੀ, ਉਹਨਾਂ ਨੂੰ ਪੂਰੀ ਸਿਕਿਉਰਿਟੀ ਦੇ ਘੇਰਾਬੰਦ ਸਿਕਿਉਰਿਟੀ ਦੇ ਤਹਿਤ ਉਹਨਾਂ ਨੂੰ ਵਿਧਾਨ ਸਭਾ ਲਿਆ ਗਿਆ ਹੈਗਾ, ਔਰ ਰੱਜ ਕੇ ਕਾਂਗਰਸ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਜਦੋਂ ਤੱਕ ਮਸਲਾ ਜੋ ਹੁਣ ਗਵਰਨਰ ਐਡਰੈਸ ਸ਼ੁਰੂ ਹੋਏਗਾ, ਲੇਕਿਨ ਉਸ ਤੋਂ ਪਹਿਲਾਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ, ਉਹਨਾਂ ਨੂੰ ਦੋ ਗੇਟਾਂ ਤੇ ਰੋਕਿਆ ਗਿਆ। ਕਹਿ ਸਕਦੇ ਕਿ ਗੇਟਾਂ ਨੂੰ ਖੋਲ ਕੇ ਕਾਂਗਰਸੀ ਅੰਦਰ ਵੜੇ, ਕਾਲੀਆਂ ਝੰਡੀਆਂ ਲੈ ਕੇ, ਪੱਗਾਂ ਤੇ ਕਾਲੀਆਂ ਪੱਟੀਆਂ, ਹੱਥਾਂ ਤੇ ਕਾਲੇ ਝੰਡੇ ਫੜੇ ਹੋਏ ਸੀ। ਜਿਹੜੀ ਸ਼ੁਰੂਆਤ ਕਹਿ ਸਕਦੇ ਕਿ ਬਜਟ ਸੈਸ਼ਨ ਦੀ ਜ਼ਬਰਦਸਤ ਸ਼ੁਰੂਆਤ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਹੈ, ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਕੀ ਇਸ ਬਜਟ ਸੈਸ਼ਨ 'ਚ ਲੋਕਾਂ ਦੇ ਮੁੱਦੇ ਉੱਠਣਗੇ ਜਾਂ ਫਿਰ ਸਿਆਸਤ ਹੁੰਦੀ ਰਹੇਗੀ, ਇਹ ਆਉਣ ਵਾਲੇ ਦਿਨਾਂ ਤੱਕ ਸਾਨੂੰ ਦੇਖਣਾ ਪਏਗਾ। ਬਿਲਕੁਲ, ਹੰਗਾਮੇ ਦਾ ਸ਼ੁਰੂਆਤ ਹੋਈ ਇਸ ਸੈਸ਼ਨ ਦੀ। ਜੇ ਜਗਤਾਰ, ਕਿਹੜੇ ਮੁੱਦੇ ਨੇ ਜੋ ਵਿਰੋਧੀ ਧਿਰ ਮੁੱਖ ਤੌਰ ਤੇ ਚੁੱਕ ਸਕਦਾ ਹੈ? ਕਿਹੜੇ ਮੁੱਦੇ ਜੋ ਨੇ ਇਸ ਸੈਸ਼ਨ ਨੂੰ ਗਰਮਾਉਣਗੇ? SYL ਦਾ ਮੁੱਦਾ ਹੈ ਅਤੇ ਹੋਰ ਕਿਹੜੇ ਮੁੱਦੇ ਰਹਿ ਸਕਦੇ ਨੇ? ਦੇਖੋ, ਸਭ ਤੋਂ ਵੱਡਾ ਮੁੱਦਾ ਇਸ ਵਾਰ ਲੱਗਦਾ ਹੈ ਕਿ ਪੂਰਾ ਜਿਹੜਾ ਬਜਟ ਅਜਲਾਸ ਹੈਗਾ, ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਸਤਲੁਜ ਜਮਣਾ ਲਿੰਕ ਨਹਿਰ ਦਾ ਜਿਹੜਾ ਮੁੱਦਾ ਹੈਗਾ ਉਹਦੀ ਭੇਂਟ ਨਾ ਕਿਤੇ ਚੜ੍ਹਦਾ ਹੈ। ਲੇਕਿਨ ਜਿਸ ਹਿਸਾਬ ਨਾਲ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ, ਉਸ ਤੇ ਡਿਪੈਂਡ ਕਰਦਾ ਹੈਗਾ ਕਿ ਦੋਨੇ ਧਿਰਾਂ, ਕਾਂਗਰਸ ਪਾਰਟੀ ਔਰ ਸਰਕਾਰ, ਇਸ ਜਿਹੜੀ ਸੁਪਰੀਮ ਕੋਰਟ 'ਚ ਸੁਣਵਾਈ ਹੋਏਗੀ ਉਸ ਨੂੰ ਕਿਵੇਂ ਦੇ ਲੈਂਦੇ ਹੈਗੇ ਨੇ। ਲੇਕਿਨ ਫਿਲਹਾਲ ਅਗਰ ਦੂਜੇ ਮੁੱਦਿਆਂ ਦੀ ਗੱਲ ਕੀਤੀ ਜਾਵੇ, ਕਾਨੂੰਨ ਵਿਵਸਥਾ ਹੋਏਗੀ, ਲੋਕਾਂ ਦੀਆਂ ਸਕੀਮਾਂ ਦੇ ਨਾਲ ਹੋਏਗਾ। ਸਰਕਾਰ 9 ਸਾਲ ਦੀਆਂ ਪ੍ਰਾਪਤੀਆਂ ਦੱਸੇਗੀ, ਔਰ ਜਿਸ ਤਰ੍ਹਾਂ ਕਾਂਗਰਸ ਪਾਰਟੀ ਪਹਿਲਾਂ ਕਹਿ ਚੁੱਕੀ ਹੈ 9 ਸਾਲ ਦਾ ਜਿਹੜਾ ਲੇਖਾ ਜੋਗਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ, ਉਹ ਟੋਟਲ ਪਲਾਫ ਹੋ ਗਿਆ। ਬਿਲਕੁਲ, ਕਈ ਮੁੱਦੇ ਨੇ ਜਿਸ ਤੇ ਵਿਰੋਧੀ ਧਿਰ ਦਾ ਜੋ ਰੁੱਖ ਹੈ ਉਹ ਹਮਲਾਵਰ ਰਹਿ ਸਕਦਾ ਹੈ। SYL ਦੇ ਮੁੱਦੇ ਨੇ ਪਹਿਲਾਂ ਹੀ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਪੰਜਾਬ ਵਿਧਾਨ ਸਭਾ ਦਾ ਜੋ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਤੇ ਇਸ ਸੈਸ਼ਨ ਵੀ SYL ਦੇ ਮੁੱਦੇ ਨਾਲ ਗਰਮਾ ਸਕਦਾ ਹੈ। ਸੋ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੋਂ ਆਗਾਜ਼ ਹੋ ਗਿਆ। ਵਿਰੋਧੀ ਧਿਰ SYL ਸਮੇਤ ਕਈ ਹੋਰ ਮੁੱਦਿਆਂ ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ ਤਾਂ ਹਾਕਮ ਧਿਰ ਵੀ ਪੂਰੀ ਤਿਆਰੀ ਨਾਲ ਜਵਾਬ ਦੇਣ ਲਈ ਤਿਆਰ ਹੈ। ਪੰਜਾਬ ਵਿਧਾਨ ਸਭਾ ਦੇ ਸ਼ੁਰੂ ਹੋ ਰਹੇ ਬਜਟ ਇਜਲਾਸ ਦੇ ਵਿੱਚ ਇਸ ਵਾਰ ਪਾਣੀਆਂ ਦਾ ਮੁੱਦਾ ਗਰਮ ਰਹੇਗਾ। SYL ਤੇ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਦੇ ਹੱਕ ਵਿੱਚ ਲਏ ਗਏ ਸਟੈਂਡ ਤੋਂ ਬਾਅਦ ਇਸ ਮੁੱਦੇ ਤੇ ਸੂਬੇ ਦੇ ਵਿੱਚ ਸਿਆਸੀ ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ। ਵਿਰੋਧੀ ਧਿਰ ਕਾਂਗਰਸ ਇਸ ਮੁੱਦੇ ਤੇ ਹਾਕਮ ਧਿਰ ਨੂੰ ਘੇਰਨ ਦੇ ਲਈ ਬਜਟ ਇਜਲਾਸ ਦੇ ਦੌਰਾਨ ਕੰਮ ਰੋਕੂ ਮਤਾ ਲਿਆਉਣ ਜਾ ਰਹੀ ਹੈ ਤਾਂ ਹਾਕਮ ਧਿਰ ਨੇ ਵੀ ਕਾਂਗਰਸ ਨੂੰ ਜਵਾਬ ਦੇਣ ਦੀ ਪੂਰੀ ਤਿਆਰੀ ਕੀਤੀ ਹੋਈ ਹੈ। ਪੰਜਾਬ ਦੇ ਹਿੱਤਾਂ ਦੇ ਖਿਲਾਫ ਸਟੈਂਡ ਲਿਆ, ਉਹਦੇ ਲਈ ਅਸੀਂ ਐਡਜਰਨਮੈਂਟ ਮੋਸ਼ਨ ਵਿਧਾਨ ਸਭਾ ਦੇ ਸੈਸ਼ਨ 'ਚ ਦੇਣ ਜਾ ਰਹੇ। ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਜਿਹੜਾ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਬੜਾ ਕਲੀਅਰ ਕਰ ਦਿੱਤਾ, ਔਰ ਮੈਂ ਤੁਹਾਡੇ ਜ਼ਰੀਏ ਫਿਰ ਕਰਨਾ ਚਾਹੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਪਾਣੀਆਂ ਦੇ ਮਸਲੇ 'ਤੇ ਕਿਸੇ ਕਿਸਮ ਦਾ ਪੰਜਾਬ ਨਾਲ ਵਿਤਕਰਾ ਨਾ ਹੋਣ ਅੱਜ ਤੀਕਰ ਦਿੱਤਾ ਅਤੇ ਨਾ ਅੱਗੇ ਹੋਣ ਦੇਵੇਗੀ। SYL ਤੋਂ ਇਲਾਵਾ ਸੂਬੇ ਦੀ ਆਰਥਿਕਤਾ, ਬੇਰੁਜ਼ਗਾਰੀ, ਡਰੱਗ, ਕਾਨੂੰਨ ਵਿਵਸਥਾ ਅਤੇ ਦਲਿਤਾਂ ਦੇ ਖਿਲਾਫ ਹੋਏ ਜ਼ੁਲਮਾਂ ਦੇ ਮੁੱਦੇ ਵੀ ਇਜਲਾਸ ਦੇ ਦੌਰਾਨ ਬਹਿਸ ਦਾ ਵਿਸ਼ਾ ਬਣਨਗੇ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਵਿੱਚ ਜਿੱਥੇ ਹਾਕਮ ਧਿਰ ਲੋਕ ਲੁਭਾਊ ਬਜਟ ਪੇਸ਼ ਕਰਕੇ ਲੋਕਾਂ ਦਾ ਦਿਲ ਜਿੱਤਣਾ ਚਾਹੇਗੀ ਤਾਂ ਵਿਰੋਧੀ ਧਿਰ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਸਾਹਮਣੇ ਲਿਆ ਕੇ ਖੁਦ ਨੂੰ ਲੋਕ ਹਿੱਤਾਂ ਦੀ ਰਾਖੀ ਕਰਨ ਵਾਲੀ ਧਿਰ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ। ਕਾਂਗਰਸ ਪਾਰਟੀ ਵੱਲੋਂ ਸਰਕਾਰ ਨੂੰ ਵਿਧਾਨ ਸਭਾ 'ਚ ਤਾਂ ਘੇਰਿਆ ਹੀ ਜਾਵੇਗਾ, ਵਿਧਾਨ ਸਭਾ ਦੇ ਬਾਹਰ ਵੀ ਕਾਲੇ ਝੰਡੇ ਵਿਖਾ ਕੇ ਘੇਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਜਗਤਾਰ ਪੁੱਲਰ, ਜ਼ੀ ਮੀਡੀਆ।
ਚੰਡੀਗੜ੍ਹ। ਸੋ ਪਾਣੀ ਤੇ ਮੁੜ ਗਰਮਾਈ ਸਿਆਸਤ, ਅੱਜ ਐਸ ਵਾਈ ਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ। ਅੱਜ ਸੁਪਰੀਮ ਕੋਰਟ ਦੇ ਵਿੱਚ ਐਸ ਵਾਈ ਐਲ ਦੇ ਮੁੱਦੇ ਤੇ ਰੈਗੂਲਰ ਸੁਣਵਾਈ ਹੋਵੇਗੀ। 2004 ਦੇ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਐਸ ਵਾਈ ਐਲ ਦੇ ਮੁੱਦੇ ਤੇ ਐਕਟ ਲਿਆ ਕੇ ਸਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਐਸ ਵਾਈ ਐਲ ਦੇ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਦਾਖਲ ਆਪਣੇ ਜਵਾਬ ਵਿੱਚ ਸੰਵਿਧਾਨਕ ਤੌਰ ਤੇ ਗਲਤ ਦੱਸਿਆ ਸੀ। ਤੁਹਾਨੂੰ ਦੱਸ ਦਈਏ, ਅਕਾਲੀ ਦਲ ਵੱਲੋਂ ਵੀ ਐਸ ਵਾਈ ਐਲ ਦੇ ਮੁੱਦੇ ਤੇ ਕੇਂਦਰ ਤੋਂ ਵੱਖਰਾ ਸਟੈਂਡ ਰੱਖਿਆ ਗਿਆ। ਇਸ ਪੂਰੇ ਮਾਮਲੇ ਨੇ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪੰਕਜ ਕੁਪਾਹੀ ਜ਼ੀ ਮੀਡੀਆ ਪੱਤਰਕਾਰ ਸਾਨੂੰ ਦਿੱਲੀ ਤੋਂ ਲਾਈਵ ਜੋੜ ਚੁੱਕੇ ਨੇ। ਜੀ ਪੰਕਜ, ਅੱਜ ਕੀ ਕੁਛ ਖਾਸ ਰਹੇਗਾ ਸੁਣਵਾਈ ਦੇ ਦੌਰਾਨ, ਕਿਉਂਕਿ ਪਹਿਲਾਂ ਤੋਂ ਹੀ ਸਿਆਸਤ ਜੋ ਹੈ ਵੱਖ ਵੱਖ ਸਿਆਸਤਦਾਨਾਂ ਨੇ ਆਪਣੇ ਬਿਆਨਾਂ ਨਾਲ ਗਰਮਾਈ ਹੋਈ ਹੈ ਇਸ ਪੂਰੇ ਮੁੱਦੇ ਤੇ? ਬਿਲਕੁਲ ਅਰਸ਼, ਪੂਰੇ ਮਾਮਲੇ ਤੇ ਸਿਆਸਤ ਹੋ ਰਹੀ ਹੈ ਔਰ ਅੱਜ ਐਸ ਵਾਈ ਐਲ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੈ। 11:30 ਵਜੇ ਤੋਂ ਬਾਅਦ ਇਹ ਸੁਣਵਾਈ ਸ਼ੁਰੂ ਹੋਏਗੀ ਔਰ ਹਰਿਆਣਾ ਸਰਕਾਰ ਔਰ ਪੰਜਾਬ ਸਰਕਾਰ ਆਪਣਾ ਆਪਣਾ ਪੱਖ ਇੱਕ ਵਾਰ ਫਿਰ ਤੋਂ ਰੱਖਣਗੇ ਔਰ 11 ਸਾਲ ਤੋਂ, ਕਿਉਂਕਿ ਇਹ ਮਾਮਲਾ ਲਟਕਿਆ ਹੋਇਆ ਔਰ ਸੁਪਰੀਮ ਕੋਰਟ 'ਚ ਇੱਕ ਵਾਰ ਫਿਰ ਤੋਂ ਸੁਣਵਾਈ ਸ਼ੁਰੂ ਹੋ ਗਈ ਹੈ, ਕਿਉਂਕਿ ਬੀਤੇ ਹਫ਼ਤੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਕਿ ਜਲਦ ਤੋਂ ਜਲਦ ਇਸ 'ਤੇ ਸੁਣਵਾਈ ਕਰਕੇ ਜੋ ਕਾਰਵਾਈ ਕੀਤੀ ਜਾਵੇ ਔਰ ਅੱਜ 11:30 ਵਜੇ ਤੋਂ ਬਾਅਦ ਇਸ 'ਤੇ ਸੁਣਵਾਈ ਸ਼ੁਰੂ ਹੋਵੇਗੀ ਔਰ ਨਾਲ ਹੀ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ 95% ਤੱਕ ਜੋ ਨਹਿਰ ਦਾ ਕੰਮ ਹੋ ਚੁੱਕਾ ਹੈ ਲੇਕਿਨ ਹਰਿਆਣਾ ਨੂੰ ਪਾਣੀ ਨਹੀਂ ਮਿਲ ਰਿਹਾ। ਹਰਿਆਣਾ ਦਾ ਹੱਕ ਦਾ ਪਾਣੀ ਜੋ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ। ਦੂਜੇ ਪਾਸੇ ਪੰਜਾਬ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਜੋ ਐਸ ਵਾਈ ਐਲ ਦਾ ਪਾਣੀ ਹੈ ਉਹ ਪੰਜਾਬ ਦਾ ਪਾਣੀ ਹੈ ਔਰ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਏਗਾ, ਕਿਉਂਕਿ ਪਹਿਲਾਂ ਤੋਂ ਹੀ ਪੰਜਾਬ 'ਚ ਪਾਣੀ ਬੇਹੱਦ ਘੱਟ ਹੈ, ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੈ, ਕਿਉਂਕਿ 2017 ਦੀਆਂ ਵੀ ਜੋ ਵਿਧਾਨ ਸਭਾ ਚੋਣਾਂ ਨੇ ਉਹਨੂੰ ਵੀ ਧਿਆਨ 'ਚ ਰੱਖਦੇ ਹੋਏ ਕਿਤੇ ਨਾ ਕਿਤੇ ਜੋ ਪੂਰੀ ਸਿਆਸੀ ਪਾਰਟੀਆਂ ਨੇ ਉਹ ਇਸ ਮੁੱਦੇ ਨੂੰ ਪੂਰੇ ਤਰੀਕੇ ਨਾਲ ਗਲਮਾ ਰਹੀਆਂ ਨੇ। ਜੀ, ਧੰਨਵਾਦ ਪੰਕਜ ਇਸ ਤਮਾਮ ਜਾਣਕਾਰੀ ਦੇ ਲਈ। ਸੋ 2017 ਦੇ ਚੋਣਾਂ ਦੇ ਵਿੱਚ ਵੀ ਐਸ ਵਾਈ ਐਲ ਦਾ ਜੋ ਮੁੱਦਾ ਹੈ ਬੇਹੱਦ ਅਹਿਮ ਰਹਿਣ ਵਾਲਾ ਅਤੇ ਹਰ ਪਾਰਟੀ ਇਸ ਮੁੱਦੇ ਨੂੰ ਚੰਗੇ ਤਰੀਕੇ ਨਾਲ ਜਾਣਦੀ ਹੈ ਅਤੇ ਮੁੜ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਪੂਰੇ ਮੁੱਦੇ ਦਾ। ਅੱਗੇ ਵੱਧਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਸਿਆਸੀ ਪਾਰਟੀਆਂ ਦੀ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਨੇ ਅਤੇ ਚੋਣਾਂ ਚੈਲੰਜ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਇਸ ਵਾਰ ਚੁਣੌਤੀ ਦਿੱਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਨੂੰ। ਹਰਿਆਣੇ ਦਾ ਬਾਬੂ ਇੱਥੇ ਆ ਕੇ ਲੜੇ ਔਰ ਆ ਕੇ ਲੜੇ ਔਰ ਮੈਂ ਇਹਦੇ ਸਾਹਮਣੇ ਲੜੂੰਗਾ, ਦੇਖਦੇ ਹਾਂ ਕਿੱਥੋਂ ਜਿੱਤਦਾ ਹੈ। ਕੈਪਟਨ ਦੀ ਕੇਜਰੀਵਾਲ ਨੂੰ ਖੁੱਲ੍ਹੀ ਚੁਣੌਤੀ। ਕੈਪਟਨ ਨੇ ਐਲਾਨ ਕੀਤਾ ਕਿ ਕੇਜਰੀਵਾਲ ਜੇਕਰ ਪੰਜਾਬ 'ਚ ਵਿਧਾਨ ਸਭਾ ਚੋਣਾਂ ਲੜਦੇ ਨੇ ਤਾਂ ਉਹ ਖੁਦ ਕੇਜਰੀਵਾਲ ਖਿਲਾਫ ਚੋਣ ਲੜਨਗੇ। ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੈਪਟਨ ਨੇ ਲਲਕਾਰਿਆ ਹੈ ਤਾਂ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ ਚੁਣੌਤੀ ਸੁਖਬੀਰ ਬਾਦਲ ਵੱਲੋਂ ਵੀ ਮਿਲ ਚੁੱਕੀ ਹੈ ਤੇ ਚੁਣੌਤੀਆਂ ਦੇ ਦੌਰ 'ਚ ਪਿੱਛੇ ਆਮ ਆਦਮੀ ਪਾਰਟੀ ਵੀ ਨਹੀਂ ਹੈ। ਚੋਣ ਲੜਨ ਦਾ ਚੈਲੰਜ ਭਗਵੰਤ ਮਾਨ ਵੀ ਸੁਖਬੀਰ ਬਾਦਲ ਨੂੰ ਕਰ ਚੁੱਕੇ ਨੇ। ਔਰ ਹੁਣ ਉਹ ਨਿਗਾਹ ਲਾਈ ਬੈਠਾ ਇੱਥੇ, ਮੈਂ ਕਹਿੰਦਾ ਬੜੀ ਵਧੀਆ ਗੱਲ ਹੋਊ ਅਗਰ ਇਹ ਹਰਿਆਣੇ ਦਾ ਬਾਬੂ ਇੱਥੇ ਆ ਕੇ ਲੜੇ ਔਰ ਆ ਕੇ ਲੜੇ ਔਰ ਮੈਂ ਇਹਦੇ ਸਾਹਮਣੇ ਲੜੂੰਗਾ, ਦੇਖਦੇ ਹਾਂ ਕਿੱਥੋਂ ਜਿੱਤਦਾ ਹੈ ਕੇਜਰੀਵਾਲ ਸ਼ੇਜਰੀਵਾਲ। ਵੱਡੇ ਲੀਡਰ ਹਾਰਦੇ ਨੀ ਕਦੇ, ਆਪਸ ਚ ਇਹ ਗੰਢ ਤੁਪ ਕਰ ਲੈਂਦੇ, ਤੂੰ ਮੈਨੂੰ ਨਾ ਕੁਛ ਕਹੀ ਮੈਂ ਤੈਨੂੰ ਕੁਛ ਕਹਿੰਦਾ। ਸ਼ੀਲਾ ਦੀਕਸ਼ਿਤ ਦੇ ਵਿਰੁੱਧ ਜਦੋਂ ਕੇਜਰੀਵਾਲ ਨੇ ਪਹਿਲੀ ਵਾਰ ਕਾਗਜ਼ ਭਰੇ ਸੀ, ਸ਼ਾਇਦ ਤੁਹਾਡੇ 'ਚੋਂ ਵੀ ਕੋਈ ਕਹਿੰਦੇ ਹੋਣੇ ਆਹ ਕਿੱਥੇ ਪੰਗਾ ਲੈ ਲਿਆ ਯਾਰ, ਕਿਤੋਂ ਹੋਰ ਭਰ ਲੈਂਦਾ, ਇੱਕ ਅੱਧੀ ਸੀਟ ਤਾਂ ਜਿੱਤ ਲੈਂਦੇ। ਸ਼ੀਲਾ ਦੀਕਸ਼ਿਤ ਹਾਰ ਗਈ, ਮੁੜ ਕੇ ਰਾਜਨੀਤੀ ਖਤਮ ਹੋ ਗਈ। ਉੱਧਰ ਆਮ ਆਦਮੀ ਪਾਰਟੀ ਚੋਣ ਸੀਟ ਦੇ ਚੈਲੰਜ ਨੂੰ ਵਿਰੋਧੀਆਂ ਦੀ ਘਬਰਾਹਟ ਕਰਾਰ ਦੇ ਰਹੀ ਹੈ। ਨਹੀਂ, ਮੈਨੂੰ ਇਹ ਸਮਝ ਮੇ ਨਹੀਂ ਆ ਰਿਹਾ ਹੈ ਕਿ ਅਚਾਨਕ ਦਿਨ ਰਾਤ ਚਾਹੇ ਉਹ ਬਾਦਲ ਸਾਹਿਬ ਹੋ ਜਾਂ ਕੈਪਟਨ ਅਮਰਿੰਦਰ ਹੋ, ਉਨਕੋ ਕੇਜਰੀਵਾਲ ਕਾ ਸਪਨਾ ਕਿਉਂ ਸਤਾ ਰਹਾ ਹੈ? ਕਹੀਂ ਚੁਣਾਵ ਲੜਨੇ ਕੇ ਬਾਰੇ ਮੇਂ ਉਨ੍ਹੋਂਨੇ ਨਾ ਖੁਦ ਫੈਸਲਾ ਲਿਆ, ਨਾ ਪਾਰਟੀ ਨੇ ਫੈਸਲਾ ਲਿਆ, ਨਾ ਕਹੀਂ ਐਸੀ ਕੋਈ ਚਰਚਾ ਹੈ। ਆਪਣੀ ਓਰ ਸੇ ਹੀ ਬਾਤੇਂ ਖੜੀ ਕੀ ਜਾ ਰਹੀ ਹੈ। ਮੁਝੇ ਲਗਤਾ ਹੈ ਕਿ ਉਨਕੋ ਆਪਣੇ ਪਾਰਟੀ ਕੇ ਕੈਂਪੇਨ ਪੇ ਫੋਕਸ ਕਰਨਾ ਚਾਹੀਦਾ। ਤਾਂ ਸੂਬੇ 'ਚ ਚੁਣੌਤੀਆਂ ਦਾ ਦੌਰ ਜਾਰੀ ਹੈ, ਪਰ ਜੇਕਰ ਇਹਨਾਂ ਸਾਰੇ ਬਿਆਨਾਂ ਨੂੰ ਸਮਝਿਆ ਜਾਵੇ ਤਾਂ ਸੁਖਬੀਰ ਬਾਦਲ ਕੇਜਰੀਵਾਲ ਨੂੰ ਉਹਨਾਂ ਖਿਲਾਫ ਚੋਣ ਲੜਨ ਦੀ ਚੁਣੌਤੀ ਦੇ ਚੁੱਕੇ ਨੇ। ਤੇ ਦੂਜੇ ਪਾਸੇ ਕੈਪਟਨ ਨੇ ਐਲਾਨ ਕੀਤਾ ਕਿ ਜਿੱਥੋਂ ਕੇਜਰੀਵਾਲ ਲੜਨਗੇ ਉਹ ਉਸ ਸੀਟ ਤੋਂ ਹੀ ਕੇਜਰੀਵਾਲ ਖਿਲਾਫ ਚੋਣ ਲੜਨਗੇ। ਤਾਂ ਜੇਕਰ ਸੁਖਬੀਰ ਦੀ ਚੁਣੌਤੀ ਕੇਜਰੀਵਾਲ ਨੇ ਕਬੂਲ ਕੀਤੀ ਤਾਂ ਮੁਕਾਬਲਾ ਸੁਖਬੀਰ ਬਾਦਲ ਬਨਾਮ ਕੇਜਰੀਵਾਲ ਬਨਾਮ ਕੈਪਟਨ ਅਮਰਿੰਦਰ ਸਿੰਘ ਹੋ ਜਾਵੇਗਾ। ਖੈਰ, ਇਹ ਬਿਆਨਾਂ ਦਾ ਗਣਿਤ ਹੈ, ਚੋਣਾਂ 'ਚ ਕੌਣ ਕਿਸ ਦੇ ਮੁਕਾਬਲੇ 'ਚ ਹੋਵੇਗਾ ਉਸ ਲਈ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਹੋਵੇਗਾ। ਦਿੱਲੀ ਤੋਂ ਪੰਕਜ ਕਪਾਹੀ ਦੇ ਨਾਲ ਅਵਤਾਰ ਗਿੱਲ, ਜ਼ੀ ਮੀਡੀਆ, ਪਟਿਆਲਾ। ਸੋ ਇਹ ਮਿਸ਼ਨ, ਇਹ ਜੋ ਚੁਣੌਤੀਆਂ ਨੇ ਇਹ ਸਿਰਫ ਨੇ
ਮਿਸ਼ਨ 2017 ਦੇ ਲਈ। ਵਿਧਾਨ ਸਭਾ ਚੋਣਾਂ ਦੇ ਦਲਿਤ ਫੈਕਟਰ ਕਿੰਨਾ ਅਹਿਮ ਹੈ, ਸਾਰੀਆਂ ਪਾਰਟੀਆਂ ਦੀਆਂ ਚੋਣ ਮਸ਼ਕਾਂ ਇਸ ਵੱਲ ਇਸ਼ਾਰਾ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕਾਸ਼ੀ ਰਾਮ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਨੇ, ਤਾਂ ਬਸਪਾ 15 ਮਾਰਚ ਤੋਂ ਹੀ ਚੋਣ ਤਾਲ ਠੋਕਣ ਜਾ ਰਹੀ ਹੈ, ਜਿਸ ਵਿੱਚ ਬਸਪਾ ਸੁਪਰੀਮੋ ਬਾਕੀ ਪਾਰਟੀਆਂ ਨਾਲ ਅਲਾਇੰਸ ਦਾ ਐਲਾਨ ਕਰ ਸਕਦੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹਾਲੇ ਇੱਕ ਵਾਰ ਆ ਪਿਆ, ਪਰ ਪੰਜਾਬ ਹੁਣ ਤੋਂ ਹੀ ਪੂਰੀ ਤਰ੍ਹਾਂ ਨਾਲ ਇਲੈਕਸ਼ਨ ਮੋਡ 'ਚ ਚਲਾ ਗਿਆ। ਦਲਿਤਾਂ ਦਾ ਵੱਡਾ ਵੋਟ ਬੈਂਕ ਪੰਜਾਬ 'ਚ ਹੈ, ਇਸੇ ਨੂੰ ਆਪਣੇ ਵੱਲ ਕਰਨ ਦੀ ਕਵਾਇਤ ਤੇਜ਼ ਹੋ ਗਈ ਹੈ। ਅਰਵਿੰਦ ਕੇਜਰੀਵਾਲ 15 ਮਾਰਚ ਨੂੰ ਬਸਪਾ ਦੇ ਸੰਸਥਾਪਕ ਕਾਂਸ਼ੀ ਰਾਮ ਦੇ ਜੱਦੀ ਪਿੰਡ ਜਾ ਰਹੇ ਨੇ ਅਤੇ ਕਾਂਸ਼ੀ ਰਾਮ ਦੇ ਪਰਿਵਾਰ ਦੇ ਆਪ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਜ਼ੋਰਾਂ 'ਤੇ। 15 ਮਾਰਚ ਕੋ ਜਾਣੇ ਕਾ ਸਵਾਲ ਹੈ, ਤੋ ਵੋ ਕਾਂਸ਼ੀ ਰਾਮ ਜੀ ਕੀ ਜਯੰਤੀ ਕੇ ਕਾਰਜਕ੍ਰਮ ਮੇਂ ਅਰਵਿੰਦ ਕੇਜਰੀਵਾਲ ਜੀ ਜਾ ਰਹੇ ਹੈ। ਕਾਂਸ਼ੀ ਰਾਮ ਕੇ ਕਿਸੀ ਪਰਿਵਾਰਿਕ ਮੈਂਬਰ ਕੋ ਵੀ ਸ਼ਾਮਿਲ ਕੀਆ ਜਾ ਸਕਤਾ ਹੈ ਆਮ ਆਦਮੀ ਪਾਰਟੀ ਕੀ? ਐਸੀ ਕੁਛ ਚਰਚਾ ਚੱਲ ਰਹੀ ਹੈ, ਜਬ ਫਾਈਨਲ ਹੋ ਜਾਏਗਾ ਤੋ ਬਤਾਏਂਗੇ ਆਪ। ਕੇਜਰੀਵਾਲ ਪੰਜਾਬ ਆ ਰਹੇ ਨੇ ਤਾਂ ਬਸਪਾ ਮੁਖੀ ਮਾਇਆਵਤੀ ਨੇ ਵੀ 15 ਮਾਰਚ ਨੂੰ ਹੀ ਚੁਣਿਆ ਹੈ ਪੰਜਾਬ 'ਚ ਚੋਣ ਅਭਿਆਨ ਦੀ ਸ਼ੁਰੂਆਤ ਕਰਨ। ਬਸਪਾ ਕੇਜਰੀਵਾਲ ਨੂੰ ਕੋਈ ਫੈਕਟਰ ਨਹੀਂ ਮੰਨ ਰਹੀ, ਪਰ ਆਪਣੇ ਵੋਟ ਬੈਂਕ ਨੂੰ ਲੱਗਣ ਵਾਲੇ ਖੋਰੇ ਨੂੰ ਲੈ ਕੇ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਨਾਲ ਗੜਚੋੜ ਤੇ ਚਰਚਾ ਜ਼ਰੂਰ ਚੱਲ ਰਹੀ ਹੈ। ਬਾਕੀ 15 ਮਾਰਚ ਕੋ ਆਦਰਣੀ ਬਹਿਨ ਕੁਮਾਰੀ ਮਾਇਆਵਤੀ ਜੀ ਨਵਾਂ ਸ਼ਹਿਰ ਮੇਂ ਆ ਰਹੀ ਹੈ। ਚੁਣਾਵ ਕੇ ਸੰਬੰਧ ਮੇਂ ਉਨਕੀ ਕਿਆ ਨਈ ਰਣਨੀਤੀ ਹੋਗੀ, ਕਿਆ ਨਯਾ ਵਿਚਾਰ ਹੋਗਾ, ਉਨਕਾ ਸਾਰਾ ਖੁਲਾਸਾ 15 ਮਾਰਚ ਕੋ ਹੋ ਜਾਏਗਾ। ਹੁਣ ਤੁਹਾਨੂੰ ਸਿੱਧਾ ਲੈ ਚੱਲਦੇ ਆ ਚੰਡੀਗੜ੍ਹ, ਜਿੱਥੇ ਪੰਜਾਬ ਕਾਂਗਰਸ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ, ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਨੇ। ਪੰਜਾਬ ਕਾਂਗਰਸ ਇਸ ਵਾਰ ਸੈਸ਼ਨ ਦੇ ਵਿੱਚ ਹਮਲਾਵਰ ਰੁਖ ਰਹਿ ਸਕਦਾ, ਤੇ ਇਸ ਦੀ ਤਸਵੀਰ ਤੁਹਾਡੇ ਸਾਹਮਣੇ ਹੈ। ਜੋ ਸੈਸ਼ਨ ਦੀ ਸ਼ੁਰੂਆਤ ਹੈ ਉਹ ਹੰਗਾਮੇਦਾਰ ਰਹੀ ਹੈ। ਕਿਸ ਤਰੀਕੇ ਨਾਲ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਜੋ ਆਗੂ ਨੇ ਇਹ ਹੱਥਾਂ ਵਿੱਚ ਕਾਲੀਆਂ ਝੰਡੀਆਂ ਫੜੇ ਆਪਣਾ ਵਿਰੋਧ ਦਰਜ ਕਰਵਾ ਰਹੇ ਨੇ। ਸੋ ਸੈਸ਼ਨ ਕਿਵੇਂ ਦਾ ਰਹੇਗਾ ਇਸ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੈ। ਤਸਵੀਰਾਂ ਬਿਆਨ ਕਰ ਰਹੀਆਂ ਨੇ ਸੈਸ਼ਨ ਦੀ ਜੋ ਸ਼ੁਰੂਆਤ ਹੈ ਹੰਗਾਮੇਦਾਰ ਰਹੀ ਹੈ। ਪਹਿਲਾਂ ਤਾਂ ਰਣਨੀਤੀ ਬਣਾਈ ਸੀ ਪੰਜਾਬ ਕਾਂਗਰਸ ਨੇ ਕਿ ਇਸ ਤਰੀਕੇ ਨਾਲ ਵਿਰੋਧ ਦਰਜ ਕਰਵਾਇਆ ਜਾਵੇਗਾ, ਅਤੇ ਉਸੇ ਰਣਨੀਤੀ ਦੇ ਤਹਿਤ ਅੱਜ ਪੰਜਾਬ ਕਾਂਗਰਸ ਦੇ ਜੋ ਆਗੂ ਨੇ ਉਹ ਹੱਥ ਵਿੱਚ ਕਾਲੀਆਂ ਝੰਡੀਆਂ ਫੜੀ ਪੰਜਾਬ ਵਿਧਾਨ ਸਭਾ ਦਾ ਰੁੱਖ ਕਰਦੇ ਨਜ਼ਰ ਆਏ। ਚੰਡੀਗੜ੍ਹ ਦੇ ਸਿੱਧੀਆਂ ਤਸਵੀਰਾਂ ਵਿਖਾ ਰਹੇ ਸੀ। ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ, ਸੋ ਜੋ ਬਜਟ ਇਜਲਾਸ ਹੈ ਹੰਗਾਮੇਦਾਰ ਰਹਿ ਸਕਦਾ ਹੈ। ਅੱਗੇ ਵਧਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਸਿੱਖ ਭਾਈਚਾਰੇ ਤੇ ਬਣਨ ਵਾਲੇ ਚੁਟਕਲਿਆਂ ਨੂੰ ਕਿਵੇਂ ਰੋਕਿਆ ਜਾਵੇ ਇਸ ਲਈ ਸੁਪਰੀਮ ਕੋਰਟ ਨੂੰ ਸੁਝਾਅ ਦੇਵੇਗਾ। ਕਮੇਟੀ ਦੇ ਮੈਂਬਰਾਂ ਵਿੱਚ ਸਾਬਕਾ ਜੱਜ ਅਤੇ ਭਾਰਤ ਸਰਕਾਰ ਦੇ ਸਾਬਕਾ ਸਕੱਤਰਾਂ ਨੂੰ ਸ਼ਾਮਲ ਕੀਤਾ ਗਿਆ। ਸਿੱਖ ਭਾਈਚਾਰੇ ਤੇ ਬਣਨ ਵਾਲੇ ਚੁਟਕਲਿਆਂ ਨੂੰ ਰੋਕਣ ਦੇ ਲਈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਵਿੱਚ ਸੁਣਵਾਈ ਹੋ ਰਹੀ ਹੈ। ਮਾਮਲਾ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ, ਇਸ ਲਈ ਸੁਪਰੀਮ ਕੋਰਟ ਵੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਹਰ ਪੱਖ ਨੂੰ ਸੁਣਨਾ ਚਾਹੁੰਦੀ ਹੈ। ਸੁਪਰੀਮ ਕੋਰਟ ਨੇ ਇਸ ਲਈ ਆਪਣੀ ਪਿਛਲੀ ਸੁਣਵਾਈ ਦੌਰਾਨ DIG MC ਤੋਂ 6 ਹਫ਼ਤਿਆਂ ਵਿੱਚ ਸੁਝਾਅ ਮੰਗੇ ਸਨ। ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ ਤੋਂ ਬਾਅਦ ਹੁਣ DIG MC ਨੇ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ ਦੀ ਪ੍ਰਧਾਨਗੀ ਮਨਜੀਤ ਸਿੰਘ GK ਖੁਦ ਕਰਨਗੇ। GK ਨਾਲ ਦੋ ਸੁਪਰੀਮ ਕੋਰਟ ਦੇ ਸਾਬਕਾ ਜੱਜ HS ਬੇਦੀ ਅਤੇ MY ਇਕਬਾਲ ਹੋਣਗੇ। ਇਸ ਦੇ ਨਾਲ ਭਾਰਤ ਦੇ ਦੋ ਸਾਬਕਾ ਸਕੱਤਰ MP ਬੇਜ ਬਰੂਆ ਅਤੇ ਡਾਕਟਰ ਰਘੁਵੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਅਸੀਂ ਇੱਕ ਹਾਈ ਲੈਵਲ ਕਮੇਟੀ ਬਣਾਈ ਹੈ। ਮੈਂ ਸਮਝਦਾ ਜਿਹੜੇ ਲੋਕ ਇਹਦੇ 'ਚ ਪਾਏ ਨੇ ਉਹ ਆਪਣੇ ਆਪਣੇ ਫੀਲਡ ਦੇ ਵਿੱਚ ਬੜੇ ਮਾਹਿਰ ਨੇ। ਇਹਦੇ ਵਿੱਚ ਅਸੀਂ ਸਰ ਰਘਵੀਰ ਸਿੰਘ ਜਿਹੜੇ ਲਾਅ ਸੈਕਟਰੀ ਰਿਟਾਇਰ ਹੋਏ ਨੇ ਉਹਨਾਂ ਨੂੰ ਪਾਇਆ। ਅਸੀਂ ਇਹਦੇ ਵਿੱਚ ਨੌਰਥ ਈਸਟ 'ਤੇ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਬੇਸ ਬਰੂਆ ਜੀ ਨੂੰ ਪਾਇਆ। ਅਸੀਂ ਇਹਦੇ ਵਿੱਚ ਪਵਨ ਵਰਮਾ ਜੀ ਨੂੰ ਜਿਹੜੇ ਰਾਜ ਸਭਾ ਦੇ MP ਵੀ ਨੇ ਔਰ JDU ਨਾਲ ਕਨੈਕਟਡ ਨੇ ਔਰ ਬਹੁਤ ਲਿਟਰੇਰੀ ਆਦਮੀ ਨੇ। ਇਸ ਤੋਂ ਇਲਾਵਾ ਅਸੀਂ ਦੋ ਜਸਟਿਸ ਪਾਏ ਨੇ, ਰਿਟਾਇਰਡ ਜਸਟਿਸ ਇਕਬਾਲ ਪਾਏ ਨੇ, ਸੁਪਰੀਮ ਕੋਰਟ ਦੇ ਰਿਟਾਇਰਡ ਜਸਟਿਸ ਬੇਦੀ ਪਾਏ ਨੇ। ਇਹ ਆਪਣੇ ਫਾਈਂਡਿੰਗਸ ਜਾਂ ਆਪਣੀਆਂ ਸੁਝਾਵ ਦੇਣਗੇ। ਸਿਰਫ ਇੰਨਾ ਹੀ ਨਹੀਂ, DIG MC ਨੇ ਸੰਗਤਾਂ ਤੋਂ ਵੀ ਕਮੇਟੀ ਦੀ ਵੈਬਸਾਈਟ DSGMC.guidelines@gmail.com ਦੀ ਈਮੇਲ ਤੇ ਸੁਝਾਅ ਮੰਗੇ ਨੇ, ਜੋ ਕਿ ਕਮੇਟੀ ਦੇ ਸਾਹਮਣੇ ਰੱਖੇ ਜਾਣਗੇ। ਸਾਡੇ ਕੋਲ ਜਿਹੜੇ ਸੁਝਾਵ ਅਸੀਂ ਇਨਵਾਈਟ ਕੀਤੇ ਨੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ, ਅਸੀਂ ਇੱਕ ਸਾਈਟ ਬਣਾਈ ਹੈ DSGMC.  ਜਿਹੜੀ ਅਸੀਂ ਸਾਈਟ ਬਣਾਈ ਹੈ ਉਹਦੇ ਤੇ ਸਾਡੇ ਕੋਲ ਸੁਝਾਵ ਆ ਰਹੇ ਨੇ ਔਰ ਉਹਨਾਂ ਸੁਝਾਵਾਂ ਨੂੰ ਵੀ ਅਸੀਂ ਇਸ ਕਮੇਟੀ ਅੱਗੇ ਰੱਖਾਂਗੇ। ਸੁਪਰੀਮ ਕੋਰਟ 'ਚ ਸਿੱਖ ਭਾਈਚਾਰੇ ਤੇ ਬਣਦੇ ਚੁਟਕਲਿਆਂ ਨੂੰ ਰੋਕ ਲਗਾਉਣ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਸੀ ਜਦੋਂ ਇੱਕ ਵਕੀਲ ਦੇ ਬੱਚੇ ਨੂੰ ਸਕੂਲ ਵਿੱਚ ਇਹਨਾਂ ਚੁਟਕਲਿਆਂ ਨੂੰ ਲੈ ਕੇ ਸ਼ਰਮਿੰਦਗੀ ਮਹਿਸੂਸ ਕਰਨੀ ਪਈ ਸੀ। ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਕੁਝ ਸਵਾਲ ਪੁੱਛਦੇ ਹੋਏ ਕਿਹਾ ਸੀ ਕਿ ਇਸ ਮਾਮਲੇ ਤੇ ਕਾਨੂੰਨ ਬਣਾਉਣਾ ਮੁਸ਼ਕਲ ਹੋਏਗਾ। ਇਸ ਦੇ ਜਵਾਬ ਵਿੱਚ ਪਟੀਸ਼ਨਕਰਤਾ ਨੇ ਅਦਾਲਤ ਨੂੰ ਕਿਹਾ ਸੀ ਕਿ ਸੁਪਰੀਮ ਕੋਰਟ ਘੱਟੋ ਘੱਟ ਕੁਝ ਦਿਸ਼ਾ ਨਿਰਦੇਸ਼ ਜ਼ਰੂਰ ਜਾਰੀ ਕਰੇ।
ਜਿਸ ਨਾਲ ਅਜਿਹੇ ਮਾਮਲਿਆਂ ਤੇ ਲਗਾਮ ਲੱਗ ਸਕੇ। ਪੰਕਜ ਕਪਾਹੀ, ਜ਼ੀ ਮੀਡੀਆ, ਦਿੱਲੀ। ਸੋ ਇਸ ਦੇ ਨਾਲ 10 ਵਜੇ 10 ਸ਼ਹਿਰ 'ਚ ਅੱਜ ਦੇ ਲਈ ਇੰਨਾ ਹੀ, ਪਰ ਤੁਹਾਡੇ ਸੁਝਾਵਾਂ ਅਤੇ ਜਾਣਕਾਰੀ ਦਾ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ। ਆਪਣੇ ਸੁਝਾਅ ਅਤੇ ਜਾਣਕਾਰੀ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡਾ ਈਮੇਲ ਪਤਾ ਐਡੀਟਰ ਪੰਜਾਬੀ @zeemedia.sfgroup.com। ਤੁਸੀਂ ਸਾਨੂੰ ਆਨਲਾਈਨ ਵੀ ਦੇਖ ਸਕਦੇ ਹੋ zeepunjab.com ਦੇ ਜ਼ਰੀਏ। ਤੁਸੀਂ ਸੋਸ਼ਲ ਨੈਟਵਰਕਿੰਗ ਸਾਈਟਸ ਫੇਸਬੁੱਕ ਅਤੇ ਟਵਿੱਟਰ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਸੋ ਫਿਲਹਾਲ ਇਸ ਬੁਲੇਟਿਨ 'ਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਜ਼ੀ ਪੰਜਾਬ ਹਰਿਆਣਾ ਹਿਮਾਚਲ।